ਪਹਿਲਾਂ ਵਰਕ ਪਰਮਿਟ ਤੇ ਬੰਦਾ ਹੁੰਦਾ ਸੀ, ਹੁਣ ਪੀਆਰ ਤੇ ਸਿੱਧਾ ਕਿੱਦਾਂ ਆਏਗਾ ਉੱਥੋਂ? ਪੋਰਟ ਆਫ ਐਂਟਰੀ ਤੇ ਹੀ ਉਹਨਾਂ ਨੂੰ ਪੀਆਰ ਮਿਲੂਗੀ ਤੇ 15,000 ਦੇ ਕਰੀਬ ਐਪਲੀਕੇਸ਼ਨਾਂ ਲਈਆਂ ਜਾਣਗੀਆਂ। ਇਹ ਪ੍ਰੋਗਰਾਮ ਦੇ ਵਿੱਚ ਕੰਡੀਸ਼ਨ ਜਿਹੜੀਆਂ ਨੇ ਸੌਖੀਆਂ ਕੀਤੀਆਂ, ਇੰਗਲਿਸ਼ ਦੀ ਰਿਕੁਆਇਰਮੈਂਟ ਰੱਖੀ ਆ ਉਹ ਵੀ ਸੌਖੀ ਕਰ ਦਿੱਤੀ ਗਈ ਆ। ਕਿ ਕੋਈ ਕੰਡੀਸ਼ਨਸ ਅਜੇ ਰੱਖੀਆਂ ਨੇ ਕਿ ਵੀ ਪਰਿਵਾਰ ਦੇ ਨਾਲ ਕੰਮ ਕਰਨਾ ਪਏਗਾ, ਕਿੰਨਾ ਚਿਰ ਕਰਨਾ ਪਏਗਾ, ਕੁਛ ਇਦਾਂ ਦੀ ਗੱਲਬਾਤ? ਹੁਣ ਜਿਹੜੀਆਂ ਨੈਨੀਸ ਆਉਣਗੀਆਂ ਵੀ ਉਹਨਾਂ ਦੇ ਜਿਹੜੀਆਂ ਉਹ ਪਰਮਾਨੈਂਟ ਇੱਥੇ ਆਉਣਗੀਆਂ ਤੇ ਆਪਾਂ 7 ਮਹੀਨਿਆਂ ਦੇ ਵਿੱਚ ਜਿਹੜਾ ਕੇਸ ਆਹ ਸਾਲ ਲਾਇਆ ਸੀ ਨੈਨੀ ਦਾ ਉਹਨਾਂ ਨੂੰ ਪਾਸਪੋਰਟ ਰਿਕੁਐਸਟ ਆ ਗਈ ਹੈਗੀ ਆ, ਟਾਈਮ ਕਾਫੀ ਘੱਟ ਤੋਂ ਘੱਟ ਪਿਆ। ਚਾਹੇ ਕੋਈ ਬੱਚਿਆਂ ਦੀ ਦੇਖਭਾਲ ਲਈ ਆ ਰਿਹਾ, ਚਾਹੇ ਕੋਈ ਬਜ਼ੁਰਗਾਂ ਦੀ, ਦੋਵੇਂ ਪੀਆਰ ਆਉਣਗੇ? ਹਾਂਜੀ ਬਿਲਕੁਲ ਜੀ, ਇਹਦੇ ਵਿੱਚ ਜਿਹੜੇ ਵੀ ਨਵੇਂ ਐਪਲੀਕੈਂਟ ਆਉਣਗੇ ਉਹ ਜਿਹੜੇ ਵੀ ਆ ਉਹ ਪੀਆਰ ਹੀ ਆਉਣਗੇ। ਬਹੁਤ ਸਾਰੇ ਲੋਕਾਂ ਨੇ ਤੇ ਆਪਣੇ ਆਪ ਦੀਆਂ ਫਾਈਲਾਂ ਲੋਕਾਂ ਨੂੰ ਦੇ ਵੀ ਦਿੱਤੀਆਂ ਨੇ ਕੰਸਲਟੈਂਟਸ ਨੂੰ, ਕਿ ਬਈ ਜਦੋਂ ਉਹ ਚੀਜ਼ ਖੁੱਲੀ ਆ ਲਓ ਸਾਡੇ ਕੋਲ ਪੈਸੇ ਤੇ ਉਦੋਂ ਸਾਡੀ ਉਸ ਕ੍ਰਾਈਟੀਰੀਆ ਦੇ ਵਿੱਚ ਫਾਈਲ ਲਾ ਦਿਓ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਪ੍ਰਾਈਮ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਬਹੁਤ ਸਵਾਗਤ। ਮੈਂ ਯੋਗਰਾਜ ਸਿੰਘ ਕਾਲੋਂ ਅਤੇ ਸਾਡੇ ਨਾਲ ਫਾਰਗੂ ਇਮੀਗ੍ਰੇਸ਼ਨ ਐਡਵੈਂਟਨ ਤੋਂ ਹਰਕਿਰਨ ਗਰੇਵਾਲ ਹੋਣੀ ਨੇ। ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਸਵਾਗਤ। ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਰੇਵਾਲ ਸਾਹਿਬ, ਤੁਹਾਡੇ ਨਾਲ ਕਈ ਵਾਰੀ ਆਪਾਂ ਨੈਨੀ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਕੀਤੀ ਆ ਕਿ ਉਹਦੀਆਂ ਕੀ ਕੰਡੀਸ਼ਨਸ ਨੇ, ਬਈ ਉਹਦੇ ਜ਼ਰੀਏ ਸਮੇਤ ਪਰਿਵਾਰ ਇੱਥੇ ਆਉਣਾ ਬਹੁਤ ਵਧੀਆ ਇੱਕ ਢੰਗ ਤਰੀਕਾ ਸੀਗਾ ਕਿ ਜਿਹੜਾ ਮੇਨ ਕੈਂਡੀਡੇਟ ਹੁੰਦਾ ਆ ਉਹ ਵਰਕ ਪਰਮਿਟ 'ਤੇ ਆ ਜਾਂਦਾ, ਜਿਹੜਾ ਬਾਉਂਡਰ ਪਰਮਿਟ ਕਿਸੇ ਵੀ ਫੈਮਿਲੀ ਦੇ ਨਾਲ ਇੱਥੇ ਆ ਕੇ ਕੰਮ ਕਰਨਾ ਹੁੰਦਾ, ਸਪਾਊਸ ਜਿਹੜਾ ਓਪਨ ਪਰਮਿਟ 'ਤੇ ਆ ਜਾਂਦਾ ਸੀਗਾ ਅਤੇ ਬੱਚਾ ਵੀ ਨਾਲ ਜਿਹੜਾ ਆ ਕਿਸੇ ਨਾ ਕਿਸੇ ਸਟੱਡੀ ਵੀਜ਼ੇ ਜਾਂ ਹੋਰ ਚੀਜ਼ਾਂ ਦੇ ਉੱਤੇ ਬੱਚਾ ਇੱਥੇ ਪਹੁੰਚ ਜਾਂਦਾ ਸੀਗਾ। ਪਰ ਹੁਣ ਜਿਹੜੀਆਂ ਚੇਂਜਿਸ ਦੀ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਦੇ ਕੁਛ ਇਸ਼ਾਰੇ ਸੀਗੇ ਕਿ ਨੈਨੀ ਪ੍ਰੋਗਰਾਮ ਬਹੁਤ ਸੌਖੇ ਹੋਣਗੇ, ਹੁਣ ਵਰਕ ਪਰਮਿਟ ਦੇ ਬਜਾਏ ਤੁਸੀਂ ਸਿੱਧਾ ਹੀ ਪੀ ਆਰ ਕੈਨੇਡਾ ਦੇ ਵਿੱਚ ਆ ਸਕੋਗੇ, ਉਹਨੂੰ ਲੈ ਕੇ ਬੜੀਆਂ ਤਰੀਕਿਆਂ ਦੇ ਸਵਾਲ ਨੇ ਬਹੁਤ ਸਾਰੇ ਲੋਕਾਂ ਨੇ ਤੇ ਆਪਣੇ ਆਪ ਦੀਆਂ ਫਾਈਲਾਂ ਲੋਕਾਂ ਨੂੰ ਦੇ ਵੀ ਦਿੱਤੀਆਂ ਨੇ ਕੰਸਲਟੈਂਟਸ ਨੂੰ, ਕਿ ਬਈ ਜਦੋਂ ਉਹ ਚੀਜ਼ ਖੁੱਲੀ ਆ ਲਓ ਸਾਡੇ ਕੋਲ ਪੈਸੇ ਤੇ ਉਦੋਂ ਸਾਡੀ ਉਸ ਕ੍ਰਾਈਟੀਰੀਆ ਦੇ ਵਿੱਚ ਫਾਈਲ ਲਾ ਦਿਓ। ਇਹ ਨੈਨੀ ਪ੍ਰੋਗਰਾਮ ਬਾਰੇ ਸਾਨੂੰ ਹੁਣ ਥੋੜ੍ਹਾ ਜਿਹਾ ਸਮਝਾਓ, ਇਹ ਕੀ ਚੇਂਜਿਸ ਆਈਆਂ ਨੇ? ਪਹਿਲਾਂ ਵਰਕ ਪਰਮਿਟ ਤੇ ਬੰਦਾ ਆਉਂਦਾ ਸੀ, ਹੁਣ ਪੀ ਆਰ ਤੇ ਸਿੱਧਾ ਕਿੱਦਾਂ ਆਏਗਾ ਉੱਥੋਂ? ਬਿਲਕੁਲ ਜੀ ਬਿਲਕੁਲ, ਇਹ ਇੱਕ ਨੈਨੀ ਪ੍ਰੋਗਰਾਮ ਜਿਹਨੂੰ ਕੇਅਰ ਗਿਵਰ ਪ੍ਰੋਗਰਾਮ ਵੀ ਕਿਹਾ ਜਾਂਦਾ ਹੈ, ਇਹਦੇ ਵਿੱਚ ਦੋ ਕੈਟਾਗਰੀਜ਼ ਹੁੰਦੀਆਂ ਸੀਗੀਆਂ, ਜਿਹਦੇ ਵਿੱਚ ਇੱਕ ਹੋਮ ਚਾਈਲਡ ਪ੍ਰੋਵਾਈਡਰ ਦੇ ਵਿੱਚ ਆਉਂਦੇ ਸੀ ਜਿਹੜੇ ਕਿ ਇੰਡੀਵਿਜੁਅਲ ਬੱਚਿਆਂ ਦਾ ਧਿਆਨ ਰੱਖਦੇ ਸੀਗੇ, ਤੇ ਦੂਸਰਾ ਜਿਹੜਾ ਹੁੰਦਾ ਸੀ ਹੋਮ ਸਪੋਰਟ ਵਰਕਰ ਸੀਗੇ, ਜਿਹਦੇ ਵਿੱਚ ਸੀਨੀਅਰਸ ਜਾਂ ਜੇ ਕੋਈ ਬਜ਼ੁਰਗ ਵਗੈਰਾ ਹੈਗਾ ਤੇ ਜਾਂ ਕਿਸੇ ਨੂੰ ਸਿਹਤ ਦੇ ਪੱਖੋਂ ਠੀਕ ਨਹੀਂ ਹੈਗਾ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਇੱਥੇ ਆਉਂਦੇ ਸੀਗੇ ਜੀ। ਇਹ ਦੋ ਪ੍ਰੋਗਰਾਮ ਸੀਗੇ ਜਿਹੜੇ ਕਿ ਪਾਇਲਟ ਪ੍ਰੋਜੈਕਟ ਕੈਨੇਡੀਅਨ ਗਵਰਨਮੈਂਟ ਨੇ 5 ਸਾਲ ਲਈ ਚਲਾਇਆ ਸੀ, ਤੇ ਇਹ ਪ੍ਰੋਜੈਕਟ ਜਿਹੜਾ ਸੀਗਾ ਜੂਨ ਜਿਹੜੀ 17 ਜੂਨ 2024 ਨੂੰ ਇਹ ਖਤਮ ਹੋ ਗਿਆ ਸੀਗਾ। ਉਸ ਤੋਂ ਬਾਅਦ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਸੀ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਵੀ ਅਸੀਂ ਜਿਹੜਾ ਨਵਾਂ ਇਹ ਪਾਇਲਟ ਪ੍ਰੋਜੈਕਟ ਖਤਮ ਹੋ ਗਿਆ, ਅਸੀਂ ਨਵਾਂ ਪ੍ਰੋਗਰਾਮ ਨੈਨੀਜ਼ ਵਾਸਤੇ ਲੈ ਕੇ ਆਵਾਂਗੇ ਜਿਹਦੀਆਂ ਜ਼ਿਆਦਾ ਗਾਈਡਲਾਈਨਸ ਫਾਲ ਦੇ ਵਿੱਚ ਦਿੱਤੀਆਂ ਜਾਣਗੀਆਂ, ਜੋ ਕਿ ਤੇ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਇਹਨੂੰ ਸੌਖਾ ਕੀਤਾ ਜਾਊਗਾ ਵੀ ਜਿਹੜੀਆਂ ਵੀ ਨੈਨੀਜ਼ ਹੁਣ ਕੈਨੇਡਾ ਦੇ ਵਿੱਚ ਆਉਣਗੀਆਂ ਉਹਨਾਂ ਨੂੰ, ਕਿਉਂਕਿ ਪਹਿਲਾਂ ਇੱਥੇ ਆ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਪੀ ਆਰ ਲੱਗਦੀ ਸੀਗੀ, ਤੇ ਪਰ ਹੁਣ ਜਿਹੜੀ ਨਵੀਂ ਗਾਈਡਲਾਈਨਸ ਦਿੱਤੀਆਂ ਸੀ ਉਹਦੇ ਵਿੱਚ ਉਹ ਸਿੱਧਾ ਕੈਨੇਡਾ ਦੇ ਵਿੱਚ ਆਉਣਗੀਆਂ ਤੇ ਉੱਥੇ ਹੀ ਪੋਰਟ ਆਫ ਐਂਟਰੀ ਤੇ ਹੀ ਉਹਨਾਂ ਨੂੰ ਪੀ ਆਰ ਮਿਲੂਗੀ, ਉਸ ਤੋਂ ਬਾਅਦ ਜਿਹੜਾ ਵੀ ਉਹ ਆਪਦੇ ਪ੍ਰੋਫੈਸ਼ਨ ਦੇ ਵਿੱਚ ਇੱਥੇ ਆ ਕੇ ਕੈਨੇਡਾ ਕੰਮ ਕਰਨਗੀਆਂ, ਇਹ ਨਵੀਂ ਅਪਡੇਟ ਆਈ ਸੀ ਜੀ। ਇਹ ਕਦੋਂ ਤੋਂ ਚੇਂਜਿਸ ਹੋਣਗੀਆਂ ਜੀ, ਕੋਈ ਤਾਂ ਸਮਾਂ ਤੈਅ ਕਰ ਲਿਆ ਸਰਕਾਰ ਨੇ ਕਿ ਨਹੀਂ ਹਲੇ? ਇਹਦੇ ਵਿੱਚ ਇੱਦਾਂ ਹੁੰਦਾ ਹੈਗਾ ਜੀ ਵੀ ਹਰੇਕ ਸਾਲ ਨੈਨੀ ਪ੍ਰੋਗਰਾਮ ਵਾਸਤੇ ਐਪਲੀਕੇਸ਼ਨ ਲਈਆਂ ਜਾਂਦੀਆਂ ਸੀ ਜਨਵਰੀ ਦੇ ਵਿੱਚ, ਜਨਵਰੀ ਦੇ ਪਹਿਲੇ ਵੀਕ ਦੇ ਵਿੱਚ ਹੁੰਦੀਆਂ ਸੀਗੀਆਂ, ਪਰ ਹੁਣ ਇਹ ਸੀ ਵੀ ਪ੍ਰੋਗਰਾਮ ਖਤਮ ਹੋ ਗਿਆ ਸੀਗਾ ਤਾਂ ਉਮੀਦ ਇਹੀ ਕੀਤੀ ਜਾਂਦੀ ਆ ਵੀ ਅਗਲੇ ਸਾਲ ਜਨਵਰੀ ਜਿਹੜਾ 2025 ਦੇ ਵਿੱਚ ਇਹ 15,000 ਦੇ ਕਰੀਬ ਐਪਲੀਕੇਸ਼ਨਾਂ ਲਈਆਂ ਜਾਣਗੀਆਂ ਜਿਹਦੇ ਵਿੱਚ ਜਿਹੜੇ ਆ ਇੰਡੀਵਿਜੁਅਲਸ ਉਹ ਪਰਮਾਨੈਂਟਲੀ ਇੱਥੇ ਆਉਣਗੇ। ਇਸ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਹੁੰਦੇ ਸੀ ਉਹਦੇ ਵਿੱਚ ਇਹਨਾਂ ਦੋਨਾਂ ਈਚ ਕੈਟਾਗਰੀ ਦੇ ਵਿੱਚ 2750 ਐਪਲੀਕੇਸ਼ਨਸ ਲਈਆਂ ਜਾਂਦੀਆਂ ਸੀ। ਅੱਛਾ, ਕੀ ਹੁਣ ਵਰਕ ਪਰਮਿਟ ਦੀ ਬਜਾਏ ਜੇਕਰ ਬੰਦਾ ਸਿੱਧਾ ਪੀ ਆਰ ਆਵੇਗਾ ਉਹਦੀਆਂ ਕੰਡੀਸ਼ਨਾਂ ਤੇ ਫਿਰ ਪਹਿਲਾਂ ਨਾਲੋਂ ਹੋਰ ਔਖੀਆਂ ਕੀਤੀਆਂ ਹੋਣੀਆਂ? ਨਹੀਂ, ਇਹੀ ਅਜੇ ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਚੇਂਜ ਲਿਆਂਦੀ ਗਈ ਹੈ, ਇਹ ਪ੍ਰੋਗਰਾਮ ਦੇ ਵਿੱਚ ਕੰਡੀਸ਼ਨ ਜਿਹੜੀਆਂ ਨੇ ਸੌਖੀਆਂ ਕੀਤੀਆਂ ਗਈਆਂ ਹੈਗੀਆਂ ਜੀ।
ਇਹਦੇ ਪ੍ਰੋਗਰਾਮ ਦੇ ਵਿੱਚ ਇੱਦਾਂ ਹੈਗਾ ਵੀ ਜਿਨ੍ਹਾਂ ਨੇ ਕੈਨੇਡਾ ਤੋਂ ਐਜ਼ ਏ ਇੰਪਲੋਇਰ ਹੈਗੀ ਆ ਉਹਨਾਂ ਨੇ ਜੋਬ ਆਫਰ ਦੇਣੀ ਆ, ਪਰ ਜਿਹੜੇ ਇੰਡੀਵਿਜੁਅਲਸ ਨੇ ਆਉਣਾ ਹੈਗਾ ਉਹਨਾਂ ਵਾਸਤੇ ਕੰਡੀਸ਼ਨਸ ਕਾਫੀ ਸੌਖੀਆਂ ਕੀਤੀਆਂ ਗਈਆਂ। ਜਿਵੇਂ ਕਿ ਪਹਿਲਾਂ ਇਹਦੇ ਵਿੱਚ ਹੁੰਦਾ ਸੀਗਾ ਵੀ ਤੁਹਾਨੂੰ ਹਾਈ ਸਕੂਲ ਤੋਂ ਬਾਅਦ ਇੱਕ ਸਾਲ ਦੀ ਐਜੂਕੇਸ਼ਨ ਪੋਸਟ ਸੈਕੰਡਰੀ ਐਜੂਕੇਸ਼ਨ ਹੋ ਚਾਹੀਦੀ ਸੀਗੀ ਜੀ, ਉਹ ਕੰਡੀਸ਼ਨ ਹੁਣ ਇਹਦੇ ਤੇ ਖਤਮ ਕਰ ਦਿੱਤੀ ਗਈ ਆ। ਹੁਣ ਤੁਹਾਨੂੰ ਜਿਹੜਾ ਹੈਗਾ ਹਾਈ ਸਕੂਲ ਹੀ ਚਾਹੀਦਾ ਹੈਗਾ, ਤੇ ਉਸ ਤੋਂ ਬਿਨਾਂ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਰੱਖੀ ਆ ਉਹ ਵੀ ਸੌਖੀ ਕਰ ਦਿੱਤੀ ਗਈ ਆ, ਉਹਦੇ ਵਾਸਤੇ CLB 4 ਕੀਤਾ ਗਿਆ ਹੈਗਾ ਜੀ। ਤੇ ਦੂਸਰਾ ਪਹਿਲਾਂ ਇਹਦੇ ਵਿੱਚ ਹੁੰਦਾ ਸੀ ਵੀ ਤੁਹਾਨੂੰ ਇਹ ਟ੍ਰੇਨਿੰਗ ਚਾਹੀਦੀ ਸੀਗੀ 6 ਮਹੀਨੇ ਦੀ ਤੇ ਜਾਂ ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਸੀ। ਹੁਣ ਇਹਦੇ ਵਿੱਚੋਂ ਇਕੱਲਾ ਉਹਨਾਂ ਨੇ ਵਰਕ ਜਿਹੜਾ ਐਕਸਪੀਰੀਅੰਸ ਆ ਉਹਦੀ ਹੀ ਕੰਡੀਸ਼ਨ ਰੱਖੀ ਹੈਗੀ ਆ, ਤੇ ਜਿਹੜੀ ਟ੍ਰੇਨਿੰਗ ਦੀ ਆ ਉਹ ਵੀ ਇਹਦੇ ਚੋਂ ਘੱਟ ਰਿਕੁਆਇਰਮੈਂਟ ਖਤਮ ਕਰ ਦਿੱਤੀ ਗਈ। ਅੱਛਾ, ਪਰ ਪਹਿਲਾਂ ਤਾਂ ਹੁੰਦਾ ਸੀਗਾ ਕਿ ਬੰਦਾ ਵਰਕ ਪਰਮਿਟ 'ਤੇ ਆਏਗਾ, ਜਿਹੜੇ ਪਰਿਵਾਰ ਨੇ ਇੱਥੇ ਸੱਦਿਆ ਉਹ ਪਰਿਵਾਰ ਦੇ ਨਾਲ ਆ ਕੇ ਸਾਲ 2 ਸਾਲ ਜਿੰਨਾ ਵੀ ਸਮਾਂ ਨਿਰਧਾਰਿਤ ਸੀ ਬੰਦਾ ਕੰਮ ਕਰੇਗਾ, ਉਹਦੇ ਬੇਸਿਸ ਦੇ ਉੱਤੇ ਕੱਲ੍ਹ ਨੂੰ ਫਿਰ ਬੰਦੇ ਨੂੰ PR ਮਿਲ ਜਾਏਗੀ। ਪਰ ਹੁਣ ਉੱਥੋਂ ਬੰਦਾ ਸਿੱਧਾ ਹੀ PR ਆਏਗਾ ਅਤੇ ਫਿਰ ਇੱਥੇ ਆ ਕੇ ਕੋਈ ਕੰਡੀਸ਼ਨਸ ਅਜੇ ਰੱਖੀਆਂ ਨੇ ਕਿ ਵੀ ਪਰਿਵਾਰ ਦੇ ਨਾਲ ਕੰਮ ਕਰਨਾ ਪਏਗਾ, ਕਿੰਨਾ ਚਿਰ ਕਰਨਾ ਪਏਗਾ, ਕੁਛ ਇੱਦਾਂ ਦੀ ਗੱਲਬਾਤ? ਹਾਂਜੀ, ਇਹਦੇ ਵਿੱਚ ਜਿਹੜਾ ਹੈਗਾ ਜੀ ਹਜੀਆਂ ਪ੍ਰੋਪਰ ਜਿਹੜੀਆਂ ਪੂਰੀਆਂ ਗਾਈਡਲਾਈਨਸ ਨੇ ਉਹ ਮੈਂ ਜਿਵੇਂ ਦੱਸਿਆ ਵੀ ਫਾਲ ਦੇ ਵਿੱਚ ਸਤੰਬਰ ਅਕਤੂਬਰ ਤੱਕ ਆਪਾਂ ਨੂੰ ਸਾਰੀਆਂ ਪਤਾ ਲੱਗਣਗੀਆਂ। ਇਹਦੇ ਵਿੱਚ ਇੱਦਾਂ ਸੀ, ਇਹਦੇ ਵਿੱਚ ਰੀਜ਼ਨ ਇੱਦਾਂ ਲਿਆਂਦਾ ਗਿਆ ਸੀਗਾ ਕਿਉਂਕਿ ਪਹਿਲਾਂ ਜਦੋਂ ਕੇਅਰ ਗਿਵਰ ਨੈਨੀ ਪ੍ਰੋਗਰਾਮ ਜਦੋਂ ਸਟਾਰਟ ਕੀਤਾ ਸੀ ਉਹਦੇ ਵਿੱਚ ਕਾਫੀ ਤੌਰ ਤੇ ਇਹ ਆਮ ਕੰਪਲੇਂਟ ਜਾਂਦੀ ਸੀ ਵੀ ਜਿਹੜੇ ਫੋਰਨ ਵਰਕਰ ਆ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈਗਾ, ਉਹਨਾਂ ਤੋਂ ਜ਼ਿਆਦਾ ਘੰਟੇ ਕੰਮ ਕਰਾਇਆ ਜਾਂਦਾ ਹੈਗਾ ਜੀ। ਉਹਦੇ ਕਰਕੇ ਫਿਰ ਇਹਨਾਂ ਨੇ ਗਵਰਨਮੈਂਟ ਨੇ ਚੇਂਜ ਲਿਆਂਦੀ ਸੀ ਵੀ ਇਹਨਾਂ ਨੂੰ ਇੰਪਲੋਇਰ ਨਾਲ ਕਲੋਜ਼ ਵਰਕ ਪਰਮਿਟ ਦੀ ਦੇਣ ਦੀ ਥਾਂ ਤੇ ਜੇ ਕੋਈ ਨੈਨੀ ਆਉਂਦੀ ਸੀ ਉਹਨੂੰ ਨੈਨੀ ਦਾ ਹੀ ਵਰਕ ਪਰਮਿਟ ਦਿੱਤਾ ਜਾਂਦਾ ਸੀ, ਪਰ ਉਹ ਕੰਮ ਕਿਤੇ ਵੀ ਕਰ ਸਕਦੀ ਸੀਗੀ। ਉਹਦੇ ਵਿੱਚ ਹੀ ਸੇਮ ਪੈਟਰਨ ਤੇ ਇਹਨਾਂ ਨੇ ਇੱਕ ਇਹ ਚੇਂਜ ਇਹ ਲਿਆਂਦੀ ਗਈ ਹੈਗੀ ਆ ਜੀ ਵੀ ਹੁਣ ਜਿਹੜੀਆਂ ਨੈਨੀਜ਼ ਆਉਣਗੀਆਂ ਵੀ ਉਹਨਾਂ ਤੇ ਜਿਹੜੀਆਂ ਉਹ ਪਰਮਾਨੈਂਟ ਇੱਥੇ ਆਉਣਗੀਆਂ ਹੈਗੀਆਂ, ਤੇ ਉਹਦੇ ਵਿੱਚ ਜਿਹੜੀ ਆਪਾਂ ਹੋਰ ਕੰਡੀਸ਼ਨ ਆ ਵੀ ਜੇ ਇੰਪਲੋਇਰ ਨਾਲ ਕਿੰਨੀ ਦੇਰ ਕੰਮ ਕਰਨਾ ਕੀ ਕਰਨਾ ਉਹ ਆਉਂਦੇ ਟਾਈਮ ਦੇ ਵਿੱਚ ਆਪਾਂ ਨੂੰ ਇਹ ਕੰਡੀਸ਼ਨਸ ਦਾ ਪਤਾ ਲੱਗ। ਚਾਹੇ ਕੋਈ ਬੱਚਿਆਂ ਦੀ ਦੇਖਭਾਲ ਲਈ ਆ ਰਿਹਾ ਚਾਹੇ ਕੋਈ ਬਜ਼ੁਰਗਾਂ ਦੀ, ਦੋਵੇਂ PR ਆਉਣਗੇ? ਹਾਂਜੀ ਬਿਲਕੁਲ ਜੀ, ਇਹਦੇ ਵਿੱਚ ਜਿਹੜੇ ਵੀ ਨਵੇਂ ਐਪਲੀਕੈਂਟ ਆਉਣਗੇ ਉਹ ਜਿਹੜੇ ਵੀ ਆ ਉਹ PR ਹੀ ਆਉਣਗੇ। ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਪੁਰਾਣੇ ਪ੍ਰੋਗਰਾਮ ਦੇ ਵਿੱਚ ਦੱਸਣਾ ਚਾਹੁੰਦਾ ਹੈਗਾ, ਪੁਰਾਣੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੇ ਸੌਖਾ ਕੀਤਾ ਹੈਗਾ। ਪੁਰਾਣੇ ਪ੍ਰੋਗਰਾਮ ਦੇ ਵਿੱਚ ਜਿਹੜੇ ਸੀਗੇ ਜੀ ਹੋਮ ਚਾਈਲਡ ਕੇਅਰ ਜਾਂ ਹੋਮ ਸਪੋਰਟ ਵਰਕਰ ਜਿਹੜੇ ਇੱਥੇ ਆਉਣੇ ਸੀ ਪਹਿਲਾਂ ਉਹਨਾਂ ਨੂੰ ਵਰਕ ਪਰਮਿਟ ਤੇ ਆ ਕੇ ਉਹਨਾਂ ਨੂੰ 2 ਸਾਲ ਕੰਮ ਕਰਨਾ ਪੈਂਦਾ ਸੀ, ਫਿਰ ਉਹਨਾਂ ਦੀ ਜਿਹੜੀ ਹੈਗੀ PR ਲੱਗਦੀ ਸੀ, ਫਿਰ ਜਿਹੜੀ ਕੈਨੇਡੀਅਨ ਗਵਰਨਮੈਂਟ ਨੇ ਉਹਨੂੰ 2 ਸਾਲ ਨੂੰ ਜਿਹਨੂੰ ਗੇਨਿੰਗ ਐਕਸਪੀਰੀਅੰਸ ਕਹਿੰਦਾ ਸੀ ਸਾਲ ਦਾ ਕਰ ਦਿੱਤਾ ਸੀ। ਹੁਣ 24 ਜੂਨ ਤੋਂ ਇਹਨਾਂ ਨੇ ਉਹ ਵੀ ਘੱਟ ਕਰ ਦਿੱਤਾ ਹੈਗਾ, ਉਹਦੇ ਵਿੱਚ ਜਿਹੜੀਆਂ ਹੈਗੀਆਂ 6 ਮਹੀਨੇ ਦਾ ਜੇ ਤੁਸੀਂ 6 ਮਹੀਨੇ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜੀ ਆ ਤੁਸੀਂ ਇੱਥੇ ਫਾਈਲ ਲਾ ਸਕਦੇ ਹੋ। ਤੇ ਇਹਦੇ ਵਿੱਚ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਹੈਗਾ ਵੀ ਜੇ ਜਿਹਦਾ 6 ਮਹੀਨੇ ਦਾ ਐਕਸਪੀਰੀਅੰਸ ਹੋ ਜਾਂਦਾ ਹੈਗਾ ਉਹਨੂੰ ਟਾਈਮ ਬਹੁਤ ਘੱਟ ਲੱਗਦਾ ਹੈ, ਜਿਵੇਂ ਹੁਣ ਅਸੀਂ ਮਈ ਦੇ ਵਿੱਚ 30 ਮਈ ਨੂੰ ਫਾਈਲ ਲਾਈ ਸੀਗੀ ਜੀ, ਤੇ 17 ਜੁਲਾਈ ਨੂੰ ਉਹਨਾਂ ਨੂੰ ਡਿਸੀਜ਼ਨ ਆ ਗਿਆ, ਉਹਨਾਂ ਦਾ ਪੋਰਟਲ ਦੀ ਫਸਟ ਰਿਕੁਐਸਟ ਆ ਗਈ ਆ। ਤੇ ਆਪਾਂ ਦੱਸਦੇ ਹਾਂ ਵੀ ਜਿਹਦਾ ਐਕਸਪੀਰੀਅੰਸ ਇੱਥੇ ਹੋ ਜਾਂਦਾ ਉਹਨੂੰ 6 ਤੋਂ ਲੈ ਕੇ 8 ਵੀਕ ਦੇ ਵਿੱਚ ਉਹਨਾਂ ਨੂੰ ਪਰਮਾਨੈਂਟ ਕੈਨੇਡਾ ਦੇ ਵਿੱਚ ਹੋ ਜਾਂਦੇ ਆ, ਤੇ ਇਹਨਾਂ ਦਾ ਪ੍ਰੋਸੈਸਿੰਗ ਜਿਹੜਾ ਔਨ ਇਨਸਾਈਡ ਕੈਨੇਡਾ ਉਹ ਵੀ ਕਾਫੀ ਫਾਸਟ ਕੀਤਾ ਗਿਆ। ਬਿਲਕੁਲ ਠੀਕ ਹੈ ਜੀ। ਅੱਛਾ ਇੱਕ ਹੋਰ ਦੱਸਿਓ, ਜਿੱਦਾਂ ਪਹਿਲਾਂ ਤਾਂ ਹੁੰਦਾ ਸੀਗਾ ਕਿ ਕੈਂਡੀਡੇਟ ਆਉਂਦਾ, ਕੈਂਡੀਡੇਟ ਦੇ ਨਾਲ ਉਹਦਾ ਸਪਾਊਸ ਅਤੇ ਬੱਚਾ ਵੀ ਵੱਖੋ ਵੱਖ ਵੀਜ਼ਿਆਂ ਦੇ ਤਹਿਤ ਇੱਥੇ ਆ ਜਾਂਦੇ ਸੀਗੇ, ਹੁਣ ਇਕੱਲਾ ਕੈਂਡੀਡੇਟ PR ਆਏਗਾ ਕਿ ਸਾਰੀ ਫੈਮਿਲੀ PR ਆਏਗੀ ਨਾਲ? ਹਾਂਜੀ, ਇਹਦੇ ਵਿੱਚ ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਜਿਹੜੇ ਵੀ ਸੀਗਾ ਜਿਹੜਾ ਸਪਾਊਸ ਹੁੰਦਾ ਸੀ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੁੰਦਾ ਸੀ। ਹੁਣ ਇਹਦੇ ਵਿੱਚ ਜਿਹੜਾ ਆਉਂਦੇ ਪ੍ਰੋਗਰਾਮ ਦੇ ਵਿੱਚ ਹੈਗਾ ਇਹਦੀ ਹਜੇ ਗਾਈਡਲਾਈਨ ਨਹੀਂ ਆਈ ਹੈਗੀ ਵੀ ਫੈਮਿਲੀ ਨੂੰ ਮਿਲੂ ਜਾਂ ਜਿਹੜਾ ਸਪਾਊਸ ਆ ਉਹ ਓਪਨ ਵਰਕ ਪਰਮਿਟ ਦੇਵੋ, ਇਹਦੀਆਂ ਗਾਈਡਲਾਈਨਸ ਆਪਾਂ ਨੂੰ ਹਜੇ ਪਤਾ ਲੱਗਣਗੀਆਂ ਵੀ ਕੀ ਕੰਡੀਸ਼ਨ ਹੈ। ਅੱਛਾ ਗਰਲ ਸਾਹਿਬ, ਹੁਣ ਜਿਹੜੀ ਫੈਮਿਲੀ ਇੱਥੋਂ ਸਪਾਂਸਰ ਕਰਦੀ ਸੀ ਉਸ ਫੈਮਿਲੀ ਦੀਆਂ ਸਰਟਨ ਕੰਡੀਸ਼ਨਸ ਹੁੰਦੀਆਂ ਸਨ, ਇੱਕ ਤਾਂ ਚਲੋ ਫੈਮਿਲੀ 'ਚ ਕੋਈ ਬੱਚਾ ਜਾਂ ਬਜ਼ੁਰਗ ਚਾਹੀਦਾ, ਦੋਵਾਂ ਦੀਆਂ ਵੱਖੋ ਵੱਖ ਕੰਡੀਸ਼ਨ ਸਨ, ਉਸ ਦੇ ਨਾਲ ਫੈਮਿਲੀ ਇਨਕਮ ਵੀ ਦੇਖਣੀ ਹੁੰਦੀ ਸੀ ਕਿ ਬਈ ਇਹ ਸਰਟਨ ਇਨਕਮ ਜੇ ਉਹਨਾਂ ਦੀ ਸਾਲ ਦੀ ਇੰਨੀ ਹੈਗੀ ਆ ਤਾਂ ਉਹਦੇ ਵਾਸਤੇ ਐਪਲੀਕੇਸ਼ਨ ਕਰ ਸਕਦੇ ਸੀਗੇ, ਕਿ ਹੁਣ ਇਸ ਇਨਕਮ ਵਾਲੇ ਪਾਸੇ ਵੀ ਥੋੜ੍ਹੀ ਬਹੁਤ ਛੂਟ ਦਿੱਤੀ ਹੈ ਜਿੱਦਾਂ ਉੱਧਰ ਕੈਂਡੀਡੇਟ ਨੂੰ ਇੰਡੀਆ ਤੋਂ ਆਉਣ ਵਾਲੇ ਨੂੰ ਦਿੱਤੀ ਹੈ, ਕਿ ਇੱਧਰ ਕੰਡੀਸ਼ਨਸ ਪਹਿਲੀਆਂ ਵਾਲੀਆਂ ਨੇ? ਜੇ ਪਹਿਲੀਆਂ ਨੇ ਤਾਂ ਕਿਹੜੀਆਂ ਨੇ?
ਨਹੀਂ ਬਿਲਕੁਲ ਜੀ, ਇਹਦੇ ਵਿੱਚ ਜਿਹੜੀ ਇਨਕਮ ਦਾ ਕ੍ਰਾਈਟੀਰੀਆ ਹੈਗਾ ਉਹਦੇ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ ਹੈਗੀ ਜੀ। ਉਹਦੇ ਵਿੱਚ ਜਿਹੜਾ ਇਨਕਮ ਦਾ ਸਾਈਜ਼ ਆ ਉਹ ਫੈਮਿਲੀ ਦੀ ਕੰਪੋਜੀਸ਼ਨ ਦੇ ਹਿਸਾਬ ਨਾਲ ਹੈਗਾ ਜੀ। ਉਹਦੇ 'ਚ ਉਹ ਦੇਖਦੇ ਹੈਗੇ ਆ ਵੀ ਕਿਹੜੇ ਡੈਮੋਗ੍ਰਾਫਿਕ, ਜਿਵੇਂ ਹੁਣ ਆਪਾਂ ਦੇਖੀਏ ਵੀ ਅਲਬਰਟਾ ਦੇ ਵਿੱਚ ਜੇ ਰਹਿੰਦੇ ਹੈਗੇ ਆ ਤਾਂ ਉਹਨਾਂ ਦੀ ਇਨਕਮ ਜਾਂ ਉਹ ਏਰੀਏ ਦੇ ਵਿੱਚ ਜਿਹੜੀ ਇਨਫਲੇਸ਼ਨ ਰੇਟ ਡਿਫਰੈਂਟ ਆ। ਇਹੀ ਜੇ ਕੋਈ ਰਹਿੰਦਾ ਹੈਗਾ ਵਾਈਟ ਹਾਰਸ ਜਾਂ ਬ੍ਰੈਂਪਟਨ ਜਾਂ ਟੋਰਾਂਟੋ ਰਹਿੰਦਾ ਉਹ ਡਿਫਰੈਂਟ ਹੈਗਾ। ਉਹਦੇ ਵਿੱਚ ਆਮ ਤੌਰ 'ਤੇ ਇਹ ਹੁੰਦਾ ਹੈਗਾ ਵੀ ਜਿੰਨੀ ਤੁਹਾਡੀ ਫੈਮਿਲੀ ਆ ਉਹਦੇ ਸਾਈਜ਼ ਦੇ ਹਿਸਾਬ ਨਾਲ ਜਿਹੜੀ ਤੁਹਾਡੀ ਮਿਨੀਮਮ ਇਨਕਮ ਆ ਪਲੱਸ ਕੀ ਤੁਸੀਂ 30 ਤੋਂ ਲੈ ਕੇ $35,000 ਜਿਹੜਾ ਹੈਗਾ ਕਿਸੇ ਨੂੰ ਜਿਹੜਾ ਹੈਗਾ ਸਰਵਿਸ ਲੈਣ ਵਾਸਤੇ ਜਾਂ ਉਹਦੇ ਵੇਚ ਦੇ ਸਕਦੇ ਹੋ ਉਹ ਪਲੱਸ ਹੋ ਜਾਂਦੀ ਹੈ। ਇਹ ਸਾਰਾ ਫੈਮਿਲੀ ਸਾਈਜ਼ 'ਤੇ ਡਿਪੈਂਡ ਕਰਦਾ ਹੈ। ਅੱਛਾ, ਇਹ ਏਰੀਆ ਟੂ ਏਰੀਆ, ਪ੍ਰੋਵਿੰਸ ਟੂ ਪ੍ਰੋਵਿੰਸ, ਸਿਟੀ ਤੋਂ ਸਿਟੀ ਵੱਖਰਾ ਵੱਖਰਾ? ਹਾਂਜੀ, ਇਨਕਮ ਦਾ ਕ੍ਰਾਈਟੀਰੀਆ ਜਿਹੜਾ ਹੁੰਦਾ ਹੈਗਾ ਜੀ, ਇਨਕਮ ਦਾ ਕ੍ਰਾਈਟੀਰੀਆ ਫੈਮਿਲੀ ਸਾਈਜ਼ ਤੇ ਜਿਹੜਾ ਤੁਹਾਡਾ ਡੈਮੋਗ੍ਰਾਫਿਕ ਆ ਉਹਦੇ ਤੇ ਵੀ ਕਰਦਾ ਹੈ। ਓਕੇ, ਉੱਦਾਂ ਅੰਦਾਜ਼ਨ ਮੰਨ ਲਓ ਕਿ ਦੋ ਮੀਆਂ ਬੀਵੀ ਨੇ, ਇੱਕ ਉਹਨਾਂ ਦਾ ਨਾਲ ਬੱਚਾ ਹੈ, ਮੰਨ ਲਓ ਤਿੰਨ ਬੱਚਿਆਂ ਦੀ ਜਾਂ ਦੋ ਬੱਚੇ ਨੇ, ਚਾਰ ਜਾਣਿਆਂ ਦੀ ਫੈਮਿਲੀ ਹੈ, ਤੇ ਉਹਦਾ ਐਸਟੀਮੇਟਿਡ ਇਨਕਮ ਕਿੰਨੀ ਚਾਹੀਦੀ ਹੋਊਗੀ ਇਹਦੇ ਵਾਸਤੇ? ਐਸਟੀਮੇਟਿਡ ਉਹ ਹੁੰਦੀ ਹੈ ਜੀ 75 to 80,000 ਦੇ ਵਿੱਚ ਚਾਹੀਦੀ ਹੁੰਦੀ ਹੈ। ਓਕੇ, ਸੋ ਇਅਰਲੀ ਤੁਹਾਡੀ ਇਨ ਚਿਰ ਦੀ ਇਨਕਮ ਚਾਹੀਦੀ। ਤੇ ਇਹਦਾ ਅਸੀਂ ਹੋਰ ਕ੍ਰਾਈਟੇਰੀਆ ਹੁੰਦਾ ਹੈਗਾ ਜੀ, ਜੇ ਤੁਹਾਡੇ ਜੇ ਕੋਈ ਬਜ਼ੁਰਗ ਹੈਗੇ ਆ ਉਹ ਇਹਨਾਂ ਨੂੰ ਜੇ ਉਹਨਾਂ ਕੋਲ ਜ਼ਰੂਰੀ ਆ ਵੀ ਇਨਕਮ ਨਹੀਂ ਮੀਟ ਕਰਦੀ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਫੰਡਸ ਹੈਗੇ ਆ, ਪੈਸੇ ਹੈਗੇ ਜਿਹਦੇ 'ਚ ਉਹ ਦਿਖਾ ਸਕਦੇ ਆ ਵੀ ਅਸੀਂ ਇਹਨਾਂ ਨੂੰ ਪੇ ਕਰ ਸਕਦੇ ਹੈਗੇ ਆ, ਜਾਂ ਉਹਨਾਂ ਦੇ ਬੱਚੇ ਉਹਨਾਂ ਨੂੰ ਸਪੋਰਟਰਸ ਤੇ ਉਹ ਵੀ ਕੰਸੀਡਰ ਕੀਤਾ ਜਾਂਦਾ, ਉਹ ਵੀ ਕੰਸੀਡਰ। ਅੱਛਾ, ਲਾਸਟ ਕੁਐਸਚਨ ਆ, ਮੰਨ ਲਓ ਕਿ ਜੇਕਰ ਕਿਸੇ ਦੀ ਹੁਣ ਇਨਕਮ ਆਪਾਂ ਦੇਖਣੀ ਹੋਏ ਕਿ ਉਨੀ ਬਣ ਜਾਂਦੀ ਹੈ, ਉਸ ਤੋਂ ਬਾਅਦ ਬੰਦਾ ਅਪਲਾਈ ਕਰਦਾ ਸੀਗਾ, ਪਹਿਲਾਂ ਅਪਲਾਈ ਕਰਨ ਦੇ ਵਿੱਚ ਦੋ ਦੋ ਢਾਈ ਢਾਈ ਸਾਲ ਦਾ ਵੀ ਸਮਾਂ ਕੁਝ ਵਕਤ ਲੱਗਿਆ, ਹੁਣ ਇੱਕ ਇੱਕ ਸਾਲ ਦੇ ਆਮ ਸਮੇਂ ਪਿਛਲੇ ਸਾਲ ਤੋਂ ਲੱਗ ਰਹੇ ਸੀਗੇ, ਹੁਣ ਇਸ ਵਾਰੀ ਕੁਝ ਸਮਾਂ ਬਾਉਂਡ ਵੀ ਕੀਤਾ ਹੈ ਜਾਂ ਪਹਿਲਾਂ ਨਾਲੋਂ ਕੁਝ ਤੇਜ਼ੀ ਤੁਹਾਨੂੰ ਲੱਗਦਾ ਹੈ ਕਿ ਰਿਜ਼ਲਟ ਦੇ ਵਿੱਚ ਵੀ ਆਏਗੀ? ਬਿਲਕੁਲ ਜੀ ਬਿਲਕੁਲ, ਪਹਿਲਾਂ ਦੋ ਦੋ ਢਾਈ ਤਿੰਨ ਤਿੰਨ ਸਾਲ ਵੀ ਲੱਗੇ ਹੈਗੇ ਆ, ਪਰ ਹੁਣ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਜਿਹੜਾ ਲਾਸਟ ਈਅਰ 2024 ਦੇ ਵਿੱਚ ਕੇਸ ਲਾਇਆ ਸੀਗਾ ਜੀ, ਉਹਦੇ ਵਿੱਚ ਕਿਉਂਕਿ ਉਦੋਂ ਇਹ ਸੀਗਾ ਇਹਨਾਂ ਨੇ ਉਹਦੇ ਵਿੱਚ ਜਿਹੜੀ ਆ ਸਾਡੀ ਤਕਰੀਬਨ ਜੁਲਾਈ 24 ਨੂੰ ਪਾਸਪੋਰਟ ਰਿਕੁਐਸਟ ਆ ਗਈ ਆ, ਤੇ ਆਪਾਂ 7 ਮਹੀਨਿਆਂ ਦੇ ਵਿੱਚ ਜਿਹੜਾ ਕੇਸ ਆਹ ਸਾਲ ਆਇਆ ਸੀ ਨੈਨੀ ਦਾ ਉਹਨਾਂ ਨੂੰ ਪਾਸਪੋਰਟ ਰਿਕੁਐਸਟ ਆ ਗਈ ਹੈਗੀ ਆ, ਟਾਈਮ ਕਾਫੀ ਘੱਟ ਘੱਟ ਪਿਆ। ਗਿਰਲ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਜੁੜ ਕੇ ਇਸ ਖਾਸ ਨੈਨੀ ਦੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੱਤੀਆਂ, ਮਿਹਰਬਾਨੀ। ਸੋ ਇਸ ਦਿਨ ਸਾਡੇ ਨਾਲ ਹਰਕਿਰਨ ਗਰੇਵਾਲ ਫਾਰਗੋ ਇਮੀਗ੍ਰੇਸ਼ਨ ਤੋਂ, ਮੈਨੂੰ ਜੋਗਰਾਜ ਸਿੰਘ ਕਾਲ ਨੂੰ ਦੇਵਾ ਗਿਆ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।